सत श्री अकाल जी, आपां लाइव होए हैं जी इस वक्त किसान एकता मोर्चा तो। ते एक दो सवाल ने जिहड़े असीं करने सी, असीं बाहर लोगों को भी पुछण की कोशिश की आम लोगों तो। ते एक सरकार एक वहम लोगों के मनां दे विच एक नैरेटिव सैट करन की कोशिश कर रही है कि जिहड़े मतलब किसान अंदोलन की वजह करके सड़कां रुकियां होईयां ने, पर मैं बाहरों विखा के आया सड़कां सारियां चल रही ने। ते तुसीं इहदे ते की कहना चाहोगे कि सड़कां किसानों ने रोकियां ने जां फिर दिल्ली पुलिस ने मतलब ये सड़कां बैरीगेटां नाल जां तारां नाल बंद कीतियां होईयां ने? हुण सारी दुनिया नूं समझ पै गई ਵੀ ਮੋਦੀ ਗਵਰਨਮੈਂਟ ਕੋਲ ਝੂਠ ਬੋਲਣ ਬੋਲਣ ਤੋਂ ਸਵਾਲ ਕੁਛ ਨਹੀਂ। ਉਹ ਕੋਈ ਵੀ ਇਲਜ਼ਾਮ ਲਾ ਸਕਦੇ ਨੇ, ਅਸੀਂ ਕੋਈ ਸੜਕਾਂ ਨਹੀਂ ਬੰਦ ਕੀਤੀਆਂ। ਸਾਡੇ ਕੋਲ ਤਾਂ ਸਗੋਂ ਜਿਹੜੇ ਦਿੱਲੀ ਦੇ ਲੋਕ ਇੱਥੇ ਇੰਡਸਟਰੀਅਲ ਏਰੀਏ ਵਿੱਚ ਨੌਕਰੀ ਕਰਦੇ ਸੀ ਉਹ ਆਉਂਦੇ ਹੁੰਦੇ ਸੀ, ਸਵੇਰੇ ਇੱਥੇ ਆ ਕੇ ਲੰਗਰ ਛਕਦੇ ਸੀ, ਫਿਰ ਆਪਣਾ ਕੰਮ 'ਤੇ ਚਲੇ ਜਾਂਦੇ ਸੀ, ਸ਼ਾਮ ਨੂੰ ਇੱਥੋਂ ਲੰਗਰ ਛਕ ਕੇ ਫਿਰ ਘਰ ਨੂੰ ਚਲੇ ਜਾਂਦੇ ਸੀ। ਇਹਨਾਂ ਨੇ ਚਾਰੇ ਪਾਸੇ ਜਿੰਨੇ ਰਸਤੇ ਦਿੱਲੀ ਦੇ ਨੇ ਉੱਥੇ ਬੜੇ ਬੜੇ ਡੂੰਘੇ ਟੋਏ ਪੱਟ ਕੇ ਉਹਨਾਂ ਦੇ ਰਾਹ ਬੰਦ ਕਰਤੇ। ਜਿਹੜਾ ਮੇਨ ਰੋਡ ਹੈ ਉਹਦੇ ਸਾਹਮਣੇ ਬੈਰੀਕੇਡ ਲਾਏ ਹੋਏ ਨੇ, ਰਸਤੇ ਸਰਕਾਰ ਨੇ ਬੰਦ ਕੀਤੇ ਹੋਏ, ਅਸੀਂ ਨਹੀਂ, ਅਸੀਂ ਨਾ ਬੰਦ ਕਰਦੇ ਹਾਂ ਅਤੇ ਅਸੀਂ ਕਿਸੇ ਨੂੰ ਨਹੀਂ ਰੋਕਦੇ, ਸੜਕਾਂ ਚੱਲਦੀਆਂ, ਠੀਕ ਚੱਲਦੀਆਂ। ਸਰਕਾਰ ਝੂਠ ਬੋਲ ਰਹੀ ਹੈ, ਗਲਤ ਪ੍ਰਚਾਰ ਕਰ ਰਹੀ ਹੈ। ਕੀ ਜਿਹੜਾ ਕਰੋਨਾ ਨੂੰ ਇੱਕ ਪਾਸੇ ਤਾਂ ਜਦੋਂ ਸਰਕਾਰ ਰੈਲੀਆਂ ਦੀ ਗੱਲ ਕਰਦੀ ਹੈ, ਜਦੋਂ ਰੈਲੀਆਂ ਹੁੰਦੀਆਂ ਨੇ ਉੱਥੇ ਕਿਤੇ ਕਰੋਨਾ ਦਾ ਕੋਈ ਨਾ ਤਾਂ ਨਾਂ ਲਿਆ ਜਾਂਦਾ ਹੈ, ਨਾ ਹੀ ਕੋਈ ਕਰੋਨਾ ਦੀ ਕੋਈ ਇੰਨੀ ਜ਼ਿਆਦਾ ਸੰਜੀਦਗੀ ਨਾਲ ਉੱਥੇ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਕਿ ਲੋਕ ਕੋਈ ਡਿਸਟੈਂਸ ਦਾ ਜਾਂ ਕਿਸੇ ਵੀ ਚੀਜ਼ ਦਾ ਖਿਆਲ ਰੱਖਦੇ ਹੋਣ। ਪਰ ਦੂਜੇ ਜਦੋਂ ਕੋਈ ਵੀ ਗੱਲ ਹੁੰਦੀ ਹੈ ਜਿਵੇਂ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ, ਉਦੋਂ ਕਿਹਾ ਜਾਂਦਾ ਕਿ ਕਿਸਾਨ ਅੰਦੋਲਨ ਵਾਪਸ ਲੈ ਲੈਣਾ ਕਰੋਨਾ ਕਰਕੇ। ਕੀ ਸਰਕਾਰ ਦੀ ਇਹਦੇ ਪਿੱਛੇ ਕੀ ਰਾਜਨੀਤੀ ਹੈ ਥੋੜ੍ਹਾ ਜਿਹਾ ਇਹਦੇ ਉੱਤੇ ਵੀ? ਪਹਿਲਾਂ ਸਰਕਾਰ ਇਹੀ ਦੱਸਦੇ ਅਸੀਂ ਬੈਠੇ ਕਾਹਦੇ ਵਾਸਤੇ ਹਾਂ, ਜੇ ਉਹਨਾਂ ਨੇ ਸਾਨੂੰ ਠਾਲਣਾ, ਅਸੀਂ ਆਪਣਾ ਕੇਸ ਜਿਹੜਾ ਸੀ ਉਹ ਪ੍ਰੂਵ ਕਰ ਚੁੱਕੇ। ਜਦੋਂ ਸਰਕਾਰ ਇਹ ਕਹਿੰਦੀ ਹੈ ਭਾਈ ਜੀ ਸਾਨੂੰ ਕੋਈ ਰਸਤਾ ਦੱਸ ਦਿਓ ਜਿਹਦੇ ਨਾਲ ਸਾਡੀ ਵੀ ਇੱਜ਼ਤ ਬਚੇ ਅਤੇ ਤੁਹਾਡਾ ਵੀ ਕੰਮ ਹੋ ਜਾਏ, ਤਾਂ ਸਰਕਾਰ ਨੇ ਮੰਨ ਲਿਆ ਵੀ ਜਿਹੜੇ ਕਾਨੂੰਨ ਨੇ ਗਲਤ ਨੇ, ਹੁਣ ਇੱਜ਼ਤ ਬਚਾਉਣੀ ਆ ਉਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਆ, ਔਰ ਕਿਸਾਨਾਂ ਨੂੰ MSP ਦਾ ਕਾਨੂੰਨ ਬਣਾ ਦੇਣਾ ਚਾਹੀਦਾ। ਅਸੀਂ ਆਪਣੇ ਘਰਾਂ ਨੂੰ ਜਾਈਏ, ਇੱਥੇ ਅਸੀਂ ਕੋਈ ਸ਼ੌਕ ਨੂੰ ਤਾਂ ਬੈਠੇ ਨਹੀਂ, ਉਹ ਕਿਸਾਨ ਬੈਠੇ ਨੇ। ਅੱਜ ਦੇ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਕਿਸਾਨਾਂ ਦਾ ਅਧਿਕਾਰ ਹੈ ਪੀਸਫੁਲ ਪ੍ਰੋਟੈਸਟ ਦਾ, ਉਹ ਅਸੀਂ ਕਰ ਰਹੇ ਹਾਂ ਪੀਸਫੁਲੀ ਆਪਣੇ ਪਿੰਡੇ 'ਤੇ ਕਸ਼ਟ ਚੱਲ ਕੇ ਸਰਕਾਰ ਦੀ ਸੁੱਤੀ ਜ਼ਮੀਰ ਜਗਾਉਣ ਦਾ ਕੰਮ ਅਸੀਂ ਕਰ ਰਹੇ ਹਾਂ, ਉਹ ਸਾਡਾ ਚੱਲ ਰਿਹਾ। ਇਸ ਕਿਸਾਨਾਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ। ਹਾਂ ਇਹ ਠੀਕ ਹੈ ਵੀ ਸਰਕਾਰ ਨੂੰ ਹੋਰ ਕੁਛ ਲੱਭਦਾ ਨਹੀਂ, ਆ ਕਰੋਨਾ ਸਰਕਾਰ ਦਾ ਆਪਣਾ ਬੱਚਾ ਹੈ, ਜਿੱਥੇ ਜੀ ਕਰਦਾ ਬਾਹਰ ਕੱਢ ਲੈਂਦੇ ਨੇ, ਜਿੱਥੇ ਜੀ ਕਰਦਾ ਉਹਨੂੰ ਕੁੱਛੜ 'ਚ ਦੇ ਕੇ ਤੁਰ ਜਾਂਦੇ ਨੇ। ਤੋ ਇਹ ਲੋਕੀ ਇਹ ਸਾਰੇ ਸਮਝ ਗਏ ਨੇ, ਤੋ ਇਸ ਕਰਕੇ ਸਾਡੇ ਤਾਂ ਇੱਥੇ ਇੱਕ ਵੀ ਕੇਸ ਅੱਜ ਤੱਕ 5 ਮਹੀਨਿਆਂ ਵਿੱਚ ਰਿਪੋਰਟ ਨਹੀਂ ਹੋਇਆ, ਸਾਡਾ ਸਭ ਠੀਕ ਚੱਲ ਰਿਹਾ ਜੀ। ਇੱਕ ਹੋਰ ਸਵਾਲ ਸੀ, ਜਿਵੇਂ ਕੱਲ੍ਹ ਚੰਡੀਗੜ੍ਹ ਦੇ ਵਿੱਚ ਮਤਲਬ ਪੁਲਿਸ ਨੇ ਥੋੜ੍ਹਾ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੁਛ ਮਤਲਬ ਗ੍ਰਿਫਤਾਰ ਵੀ ਜਾਂ ਡਿਟੇਨ ਵੀ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ 'ਤੇ ਕੀ ਕਹੋਗੇ ਵੀ ਚੰਡੀਗੜ੍ਹ ਪ੍ਰਸ਼ਾਸਨ ਕਿਉਂ ਇੱਦਾਂ ਕਰ ਰਿਹਾ? ਦੇਖੋ ਚੰਡੀਗੜ੍ਹ ਪ੍ਰਸ਼ਾਸਨ UP ਹੈ, ਹਾਂਜੀ, ਇਹਨਾਂ ਦੇ ਕੇਂਦਰ ਦੇ ਮਤਹਿਤ ਹੈ ਜੀ, ਜੀ BJP ਦੇ ਮਤਹਿਤ ਹੈ, ਇਹ ਜੋ ਹਦਾਇਤਾਂ ਕਰਦੇ ਨੇ ਉਹ ਕਰਦੇ ਨੇ। ਪਰ ਉਹਨਾਂ ਨੂੰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ, ਸਾਰੇ ਪੰਜਾਬ ਵਿੱਚ ਲੋਕ ਸਾਡੀ ਹਮਾਇਤ ਵਿੱਚ ਸ਼ਾਮ ਨੂੰ 2-2 ਘੰਟੇ ਸੜਕਾਂ 'ਤੇ ਚੌਂਕਾਂ 'ਚ ਖੜ ਕੇ ਝੰਡੇ ਹਿਲਾ ਹਿਲਾ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਨੇ। ਉਹ ਸਾਡੇ ਬੱਚੇ ਨੇ, ਸਾਡੇ ਭਰਾ ਨੇ, ਸਾਡੀਆਂ ਭੈਣਾਂ ਨੇ ਜਿਹੜੇ ਉੱਥੇ ਖੜ੍ਹਦੇ ਨੇ 2-2 ਘੰਟੇ ਸਾਡੀ ਹਮਾਇਤ 'ਚ। ਅਤੇ ਚੰਡੀਗੜ੍ਹ ਪੁਲਿਸ ਨੂੰ ਬਾਜ਼ ਆ ਜਾਣਾ ਚਾਹੀਦਾ, ਨਹੀਂ ਸਾਨੂੰ ਸਖ਼ਤ ਕਦਮ ਚੁੱਕਣੇ ਪੈਣਗੇ। ਇਹ ਨਾ ਕਹਿਣ ਫਿਰ ਵੀ ਅਸੀਂ ਵੀ ਜੀ ਕਿਸਾਨਾਂ ਦੇ ਪੁੱਤ ਸੀ, ਇਸ ਕਰਕੇ ਕਿਸਾਨਾਂ ਦੇ ਪੁੱਤਾਂ ਨੂੰ ਜਿਹੜੇ ਉੱਥੇ ਖੜ੍ਹੇ ਸਾਡੀ ਹਮਾਇਤ ਕਰਦੇ ਨੇ ਉਹਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਸੋਸ਼ਲ ਮੀਡੀਆ 'ਤੇ ਇੱਕ ਦੋ ਗੱਲਾਂ ਵਾਇਰਲ ਹੋ ਰਹੀਆਂ ਨੇ, ਜਿੱਦਾਂ ਕਿ ਕਿਹਾ ਜਾ ਰਿਹਾ ਕਿ ਜੇਕਰ ਪੰਜਾਬ ਜਾਂ ਹਰਿਆਣਾ ਦੇ ਵਿੱਚੋਂ ਇੰਟਰਨੈਟ ਬੰਦ ਕਰ ਦਿੱਤਾ ਗਿਆ ਉਸੇ ਸਮੇਂ ਮਤਲਬ ਲੋਕਾਂ ਨੂੰ ਸਮਝ ਜਿਓ ਕਿ ਉਹ ਕਿਸਾਨ ਅੰਦੋਲਨ ਦੇ ਉੱਤੇ ਹਮਲਾ ਕਰਨ ਦੀ ਤਿਆਰੀ ਹੋਊਗੀ, ਤੁਸੀਂ ਇਹਦੇ 'ਤੇ ਕੀ ਕਹੋਗੇ ਕਿ ਵਾਕਿਆ ਹੀ ਸਰਕਾਰ ਇਹ ਚੀਜ਼ ਕਰ ਸਕਦੀ ਹੈ, ਸਰਕਾਰ ਇੱਥੇ ਤੱਕ ਗਿਰ ਸਕਦੀ ਹੈ ਕਿ ਨਹੀਂ ਇੰਟਰਨੈਟ ਬੰਦ ਕਰਕੇ ਮਤਲਬ ਕਿਸਾਨ ਅੰਦੋਲਨ ਨੂੰ ਹਟਾਉਣ ਦੀ ਜਾਂ ਇੱਥੇ ਕੁਝ ਪ੍ਰਵੋਕ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਸਰਕਾਰ ਵੱਲੋਂ? ਦੇਖੋ ਇਹ ਅਸੀਂ ਆਪਣੇ ਆਪ ਸਰਕਾਰ ਦੇ ਮੂੰਹ 'ਚ ਨਾ ਪਾਈਏ, ਹਾਲੇ ਤੱਕ ਮੈਨੂੰ ਨਹੀਂ ਲੱਗਦਾ ਇਹਨਾਂ 'ਚ ਇੰਨੀ ਹਿੰਮਤ ਹੈ ਵੀ ਇਸ ਤਰ੍ਹਾਂ ਦਾ ਸਾਡੇ 'ਤੇ ਕੋਈ ਹਮਲਾ ਕਰ ਸਕਣਗੇ। ਕਿਸਾਨ ਬੈਠੇ ਨੇ ਜੀ, ਇਹ ਇੱਕ ਪਾਸੇ ਤਾਂ ਅੰਨਦਾਤਾ ਕਹਿੰਦੇ ਨੇ, ਅੰਨਦਾਤਾ ਦਾ ਸਰਾਪ ਪੈ ਗਿਆ, ਇਹ ਲੱਭਣੇ ਨਹੀਂ ਮੁੜ ਕੇ, ਰਾਜ ਭਾਗ ਨਹੀਂ ਲੱਭਣਾ, ਇਹ ਬੜਾ ਸਮਝ ਲੈਣਾ ਚਾਹੀਦਾ। ਇਹ ਜਿਹੜੇ ਬੈਠੇ ਨੇ ਇਹਦਾ ਵੀ ਜੇ ਤਾਂ ਕੋਈ ਹੈ ਇਹਨਾਂ ਦੀ ਜਿਹੜੇ ਹੈਗੇ ਨਾ ਹਿੰਦੂਤਵ ਵਾਲੇ, ਜੇ ਉਹਨਾਂ ਨੂੰ ਕੋਈ ਹੈ ਵੀ ਪਰਮਾਤਮਾ ਕੋਈ ਚੀਜ਼ ਹੈ, ਤਾਂ ਪਰਮਾਤਮਾ ਦੇ ਅਸੀਂ ਅਸਲੀ ਭਗਤ 'ਤੇ ਬੈਠੇ ਨੇ, ਇਹਨਾਂ ਨੂੰ 5 ਮਹੀਨੇ ਸੜਕਾਂ 'ਤੇ ਤਪਾਉਣ ਦੀ ਸਜ਼ਾ ਭੁਗਤਣੀ ਪਊ। ਅੱਜ ਰਾਜ ਭਾਗ ਹੈ, ਕੱਲ੍ਹ ਨੂੰ ਉਹਦੇ ਘਰ ਪਤਾ ਨਹੀਂ ਕੀ ਹੋਣਾ। ਇਸ ਕਰਕੇ
किसान तो डरते नहीं, वो जो मर्जी कर लैन। मैं ये भी नहीं लगता भी इन्नी हिम्मत होएगी किसी की भी इतने इंटरनेट बंद करके साढ़े अटैक कर सकते। नहीं सू सारा कुछ तैयारी च, असी सरकार को फेस करा, जो भी होया असी मुकाबला करा। धन्यवाद जी।